ਕੁਝ ਦਿਨਾ ਤੋਂ ਮੌਸਮ ਦੇ ਬਦਲਦੇ ਮિજાਜ ਨੇ ਦੇਸ਼ ਦੇ ਅੰਨਦਾਤਾ ਕਿਸਾਨਾਂ ਦੇ ਮੱਥੇ ਉੱਤੇ ਚਿੰਤਾ ਦੀਆਂ ਡੂੰਘੀਆਂ ਲਕੀਰਾਂ ਖਿੱਚ ਦਿੱਤੀਆਂ ਹਨ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਸਮੇਤ ਪੰਜਾਬ ਵਿੱਚ ਹੋਈ ਭਾਰੀ ਬਰਸਾਤ ਨਾਲ ਕਣਕ ਸਮੇਤ ਸਰੋਂ ਤੇ ਮੱਕੀ ਦੀਆਂ ਫਸਲਾਂ ਤੋਂ ਇਲਾਵਾ ਮੌਸਮੀ ਸਬਜ਼ੀਆਂ, ਫਲ ਤੇ ਹਰੇ ਚਾਰੇ ਦੀ ਪੈਦਾਵਾਰ ਦਾ ਭਾਰੀ ਨੁਕਸਾਨ ਹੋਣ ਤੇ ਸੂਬੇ ਦਾ ਕਿਸਾਨ ਪੂਰੀ ਤਰ੍ਹਾਂ ਨਾਲ ਝੰਬਿਆ ਗਿਆ ਹੈ ਪਹਿਲਾਂ ਤੋਂ ਹੀ ਘਾਟੇ ਦੀ ਮਾਰ ਚੱਲ ਰਹੀ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਨੇ ਹਾਹਾਕਾਰ ਮਚਾ ਦਿੱਤੀ ਹੈ। ਕੁਦਰਤ ਦੀ ਮਾਰ ਅੱਗੇ ਦੁਖੀ ਤੇ ਮਜਬੂਰ ਹੋਏ ਕਿਸਾਨਾਂ ਨੂੰ ਉਹਨਾਂ ਦੀ ਖਰਾਬ ਹੋਈ ਫਸਲ ਦੀ ਪਰਪਾਈ ਲਈ ਹੁਣ ਸਰਕਾਰ ਤੋਂ ਹੀ ਉਮੀਦਾਂ ਹਨ। ਕਈ ਕਿਸਾਨ ਜੱਥੇਬੰਦੀਆਂ ਵੱਲੋਂ ਸੂਬੇ ਅੰਦਰ ਮੀਂਹ ਤੇ ਗੜ੍ਹੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਸਪੈਸ਼ਲ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਵੀ ਕੀਤੀ ਹੈ। ਬਿਊਰੋ ਰਿਪੋਰਟ ਅੱਜ ਦੀ ਆਵਾਜ਼ ਮੇਰਾ ਨਾਮ ਵਿਕਰਮਜੀਤ ਸਿੰਘ ਆ ਤੇ ਮੇਰਾ ਏਰੀਆ ਸਮਰਾਲਾ ਜੀ। ਇਸ ਮੌਸਮੀ ਬਰਸਾਤ ਨਾਲ ਜੇ ਆਪਾਂ ਨੁਕਸਾਨ ਦੀ ਗੱਲ ਕਰਦੇ ਹਾਂ ਤਾਂ ਕਾਫੀ ਬੜੇ ਲੈਵਲ ਦੇ ਨੁਕਸਾਨ ਆ ਜੀ। ਤੇ ਜੇ ਮੈਂ ਆਪਣੀ ਖੇਤੀ ਦੀ ਗੱਲ ਕਰਦਾ ਤਾਂ ਮੈਂ 150 ਏਕੜ ਤੇ ਖੇਤੀ ਕਰਦਾ ਤੇ ਮੇਰੀ ਤਾਂ ਮੋਸਟਲੀ ਖੇਤੀ ਸਾਰੀ ਵੈਜੀਟੇਬਲ ਤੇ ਬਾਗਬਾਨੀ ਦੀ ਵਿੱਚ ਆ। ਕਣਕ ਤਾਂ ਮੇਰੇ ਕੋਲ ਨਾ ਮਤਰੀ ਹੈ ਜੇ ਨੁਕਸਾਨ ਦੀ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਵਾਟਰਮੈਲਨ ਸੀ ਉਹਦਾ ਕਾਫੀ ਨੁਕਸਾਨ ਹੋਇਆ ਮੱਕੀ ਦਾ ਕਾਫੀ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਸਾਡੇ ਬਾਗ ਸੀਗੇ ਜਿਹੜਾ ਅਸੀਂ ਫਰੂਟ ਰੋਕਿਆ ਹੋਇਆ ਸੀ ਜਿਵੇਂ ਨਿੰਬੂ ਕਿੰਨੀ ਕਾਰਕਾਰ ਹੈ ਜਿਹੜੀ ਆਪਾਂ ਕਹਿ ਲਈਏ ਵੀ ਹੁਣ ਨਿੰਬੂ ਦੀ ਫਸਲ ਤਿਆਰ ਵੀ ਹੋਣੀ ਆ ਮੰਡੀ 'ਚ ਜਾਣ ਨੂੰ ਕਿੰਨਾ ਕੁ ਲਾਸ ਹੋਇਆ ਸਾਡੀ ਸਾਡੀ ਫਸਲ ਸਾਰੀ ਤਿਆਰ ਸੀਗੀ ਜੀ ਮੰਡੀ ਜਾਣ ਲਈ ਅਸੀਂ ਆਪ੍ਰੈਲ ਦੇ ਫਰਸਟ ਵੀਕ ਤੋਂ ਮੰਡੀ ਸ਼ੁਰੂ ਕਰਨੀ ਸੀਗੀ ਜੋ ਅਸੀਂ ਸਾਡਾ ਰੋਕਿਆ ਹੋਇਆ ਸੀਗਾ ਉਹ ਸਾਡਾ ਤਕਰੀਬਨ ਸਾਰਾ ਹੀ ਫਰੂਟ ਸਾਡਾ ਡੈਮੇਜ ਹੋ ਗਿਆ ਜਿਹਦੇ ਵਿੱਚੋਂ ਸਾਨੂੰ ਮਤਲਬ ਹੁਣ ਗ੍ਰੇਡਿੰਗ ਕਰਕੇ ਉਹਨੂੰ ਮੰਡੀ 'ਚ ਭੇਜਣਾ ਪਿਆ ਜੀ ਦਾ ਰੇਟ ਨਾਰਮਲ ਜਿਵੇਂ ਆਪ੍ਰੈਲ ਦੇ ਵਿੱਚ ਅਸੀਂ ਵੇਚਦੇ ਆ ਤਾਂ ਉਹ ਅਸੀਂ 90 ਰੁਪਏ 100 ਰੁਪਏ ਤੱਕ ਜਾਂਦਾ ਸੀਗਾ ਉਹ ਸਾਨੂੰ ਅੱਧੇ ਰੇਟ ਦੇ ਉੱਤੇ ਹੁਣ ਸਾਨੂੰ ਵੇਚਣਾ ਪੈਗਾ ਉਹਦੇ ਵਿੱਚ ਓਵਰਆਲ ਗੱਲ ਕਰੀਏ ਜੇ ਫਸਲਾਂ ਦੀ ਸਬਜ਼ੀਆਂ ਦੀ ਤੇ ਇਹਨਾਂ ਦਾ ਕਿੰਨਾ ਕਿੰਨਾ ਪਰਸੈਂਟ ਲਾਸ ਹੋਇਆ ਹੋਊਗਾ ਜੀ ਲਾਸ तकरीबन ਜੀ 40% ਤੱਕ ਲਾਸ ਹਰ ਚੀਜ਼ ਹਰ ਫਾਰਮਰ ਦਾ ਹੈਗਾ ਹੀ ਵਿੱਚ ਵਿੱਚ ਇਦਾਂ ਦੇ ਵੀ ਲਾਸ ਹੈਗੇ ਨੇ ਫਾਰਮਰਾਂ ਦੇ ਜਿਵੇਂ ਮੱਕੀ ਦੇ ਉੱਤੇ ਜਿਆਦਾ ਜਿੱਥੇ ਗੋਲੇ ਪਏ ਨੇ ਉੱਥੇ 100% ਵੀ ਲਾਸ ਹੋਇਆ ਤੇ ਜਿਵੇਂ ਸਾਡੀ ਮੈਂ ਆਪਣੀ ਗੱਲ ਕਰਦਾ ਤਾਂ ਸਾਡਾ ਲਾਸ ਮਨ ਲਓ 30 ਤੋਂ 40% ਸਾਡਾ ਵੀ ਲਾਸ ਹੈਗਾ ਜੀ ਕਿਉਂਕਿ ਸਾਡਾ ਜ਼ਿਆਦਾਤਰ ਫਰੂਟਸ ਦਾ ਕੰਮ ਆ ਕਾਫੀ ਜੀਂਦਾ ਸੀ ਆਬਸੀਜਨ ਤੇ ਸੀਗੇ ਪਰ ਜੇ ਮੈਂ ਸਾਡਾ ਨਿੰਬੂ ਦਾ ਮੇਨ ਸੀਜ਼ਨ ਸੀਗਾ ਹੁਣ ਨਿੰਬੂ ਦਾ ਸਾਨੂੰ ਕਾਫੀ ਲਾਸ ਹੋਇਆ ਕਿਉਂਕਿ ਉਹ ਅਸੀਂ ਮਹਿੰਗੇ ਰੇਟ ਤੇ ਸੇਲ ਕਰਨਾ ਹੁੰਦਾ ਉਹ ਸਾਡਾ ਮਤਲਬ ਜਿਆਦਾ ਬਰਸਾਤ ਆਉਣ ਕਰਕੇ ਸਾਰਾ ਫਰੂਟ ਗੈ ਗਿਆ ਉਹ ਸਾਨੂੰ ਲਾਸ ਹੋਇਆ ਜੀ ਅਸੀਂ ਸਰਕਾਰ ਤੋਂ ਉਮੀਦ ਕਰਦੇ ਆਂ ਵੀ ਜਿਹੜੇ ਜਿਹੜੇ ਕਿਸਾਨ ਮੰਨ ਲਓ ਇਹਦੇ ਵਿੱਚ ਨੁਕਸਾਨੀ ਗਏ ਨੇ ਉਹਨਾਂ ਦਾ ਸਰਵੇ ਕਰਵਾ ਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਮੈਂ ਆਲਮਦੀਪ ਸਿੰਘ ਪਿੰਡ ਮੱਲ ਮਾਜਰਾ ਮੈਂ ਤਕਰੀਬਨ 50 55 ਏਕੜ ਕਣਕ ਬੀਜਦਾ 20 25 ਏਕੜ ਮੱਕੀ ਬੀਜੀ ਹੋਈ ਹੈ ਗੰਨਾ ਵੀ ਬੀਜਿਆ ਹੈ ਆਲੂ ਵੀ ਲਾਏ ਹੋਏ ਸੀਗੇ ਜਿਹੜੀ ਹੁਣ ਇਸ ਟਾਈਮ ਬਰਸਾਤ ਹੋਈ ਹੈ ਇਹਨੇ ਜਿਹੜੀ ਕਣਕ ਦੀ ਫਸਲ ਹੈ ਉਹਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਉਂਕਿ ਕਣਕ ਜਿਹੜੀ ਤਾਂ ਪੱਕੀ ਹੋਈ ਹੈ ਉਹ ਥੱਲੇगिर ਗਈ ਉਹਦੇ ਦਾਣਿਆਂ ਦਾ ਡਿਸਕਲਰ ਹੋ ਜਾਣੇ ਨੇ ਉਹਨਾਂ ਦਾ ਰੰਗ ਬਦਲ ਜਾਣਾ ਜਿਹੜੀਆਂ ਹਰੀਆਂ ਕਣਕਾਂगिरਗੀਆਂ ਉਹਨਾਂ ਦੇ ਦਾਣੇ ਮਾਜੂ ਪੈ ਜਾਣੇ ਨੇ ਜ਼ਿਮੀਂਦਾਰ ਦਾ ਤਾਂ ਅਜੇ ਵੀ ਮੌਸਮ ਖੁੱਲਿਆ ਨਹੀਂ ਜੇ ਗਿਰੂ ਹੀ ਕਣਕ ਦੇ ਉੱਪਰ ਮੀਂਹ ਪੈ ਗਿਆ ਫਿਰ ਇਹਦਾ ਦਾਣਾ ਬਿਲਕੁਲ ਹੀ ਡਿਸਕਲਰ ਹੋ ਜਾਣਾ ਜ਼ਮੀਨਦਾਰ ਦਾ ਘੱਟੋ-ਘੱਟ 50% ਨੁਕਸਾਨ ਹੋਣ ਦਾ ਖਤਸ਼ਾ ਹੈ ਜੋ ਅੱਗੇ ਮੌਸਮ ਦੱਸ ਰਹੇ ਨੇ ਵੀ ਫਰਾਈਡੇ ਤੇ ਸੈਟਰਡੇ ਦੋ ਦਿਨ ਫੇਰ ਮੀਂਹ ਹੈ ਉਹਦੇ ਨਾਲ ਸਾਨੂੰ ਹੋਰ ਨੁਕਸਾਨ ਹੋਣ ਦਾ ਖਤਰਾ ਹੈ ਜਿਹੜੀ ਕੋਈ ਪਛੇਤੀ ਆਲੂਆਂ ਦੀ ਫਸਲ ਰਹਿੰਦੀ ਸੀ ਉਹ ਆਲੂ ਸਾਰਾ ਖੇਤਾਂ 'ਚ ਗਲ ਗਿਆ ਕਿਉਂਕਿ ਆਲੂ 'ਚ ਪਾਣੀ ਪੈ ਗਿਆ ਉਹਦੇ ਨਾਲ ਗਰੇ ਬਹਿ ਜਾਂਦੇ ਨੇ ਆਲੂ ਪੱਟਣ ਦੀ ਵੀ ਲੋੜ ਨਹੀਂ ਪੈਣੀ ਵਿੱਚੇ ਪਾਉਣਾ ਪੈਣਾ ਜਿੱਥੇ ਸਾਡੀ ਜ਼ਮੀਨ 'ਚ ਗੜੇ ਪਏ ਨੇ ਸਾਡੇ ਕਣੀ ਥੋੜਾ ਜਿਹਾ ਬਰੀਕ ਗੜਾ ਸੀ ਜਿਹੜੇ ਜਿਤ ਵਿੱਚ ਮੋٹے ਗੜੇ ਸੀ ਉੱਥੇ ਮੱਕੀ ਦੇ ਪੱਤੇ ਵੀ ਬਾੜ ਤੇ ਉਹਦੇ ਨਾਲ ਮੱਕੀ ਦੀ ਗ੍ਰੋਥ ਬਹੁਤ ਪ੍ਰਭਾਵਿਤ ਹੋਈ ਐ ਇਹ ਜਿਹੜਾ ਮੀਂਹ ਆ ਇਹਦਾ ਓਵਰਾਲ ਜ਼ਿਮੀਂਦਾਰਾਂ ਨੂੰ ਇਹ ਥੋੜੇ ਜਿਹਾ ਆਫ ਟਾਈਮ ਤੇ ਪਿਆ ਓਵਰਾਲ ਇਹਦਾ ਨੁਕਸਾਨ ਹੀ ਨੁਕਸਾਨ ਹੈ ਫਸਲ ਦੇ ਨਾਲ ਨਾਲ ਕਣਕ ਦੇ ਨਾਲ ਗੱਲ ਕਰੀਏ ਸਬਜ਼ੀਆਂ ਤੇ ਫਲਾਂ ਦੀ ਉਹਨਾਂ ਚ ਕਿੰਨੇ ਪਰਸੈਂਟ ਦੇਖੋ ਜਿਹੜੇ ਚਲੋ ਤੁਸੀਂ ਇਹ ਦੇਖੋ ਵੀ ਜਿਹੜੇ ਵੀ ਅੰਬ ਨੇ ਜਿੰਨਾ ਉਹਨਾਂ ਨੂੰ ਫਲ ਆਇਆ ਸੀ ਉਹਨਾਂ ਦਾ 40% ਫਾਲੇ ਨਾ ਹਵਾ ਮਾਂ ਨੇ ਝਾੜਤਾ ਦੂਜੀ ਗੱਲ ਇਹ ਹੈ ਵੀ ਜਿੰਨੀ ਨਮੀ ਫਸਲ ਲਾਈ ਸੀ ਆਹ ਸਬਜ਼ੀਆਂ ਬੇਲਾਂ ਬੂਲਾਂ ਉਹ ਸਾਰੀਆਂ ਪਾਣੀ ਦੇ ਵਿੱਚ ਆ ਗਈਆਂ ਇਹ ਜਿਹੜੀਆਂ ਬੇਲਾਂ ਨੇ ਤਾਂ ਇੱਕ ਦਿਨ ਪਾਣੀ ਚ ਰਹਿ ਜਾਣਾ ਉਹਦੇ ਨਾਲ ਹੀ ਖਤਮ ਹੋ ਜਾਂਦੀਆਂ ਨੇ ਇਸ ਕਰਕੇ ਜਿਹੜੀਆਂ ਨਵੀਆਂ ਭਿੰਡੀਆਂ ਜੰਮੀਆਂ ਨੇ ਉਹ ਵੀ ਬਚੇ ਰਹਿ ਗਈਆਂ ਸਬਜ਼ੀ ਦੀ ਫਸਲ ਦਾ ਜਿਆਦਾ ਨੁਕਸਾਨ ਹੈ ਕਿਉਂਕਿ ਉਹ ਫਸਲ ਹੁਣ 15 ਦਿਨ ਲੇਟ ਹੋ ਜੂਗੀ ਜੇ ਬਾਤ ਆਊਗੀ ਤਾਂ ਦੁਬਾਰਾ ਬੀਜ ਹੋਊਗੀ ਪਹਿਲਾਂ ਜਿਹੜੀਆਂ ਬੇਲਾਂ ਸਰਦੀਆਂ ਚ ਗ੍ਰੀਨ ਹਾਊਸਾਂ ਚ ਬੇਲਾਂ ਗ로우 ਕਰਕੇ ਲਾਈਆਂ ਸੀ ਉਹ ਸਾਰੀਆਂ ਬੇਲਾਂ ਮਰ ਚੁੱਕੀਆਂ ਨੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਹੋ ਗਿਆ ਖੇਤਾਂ ਚ ਖੜਾ ਹੁਣੇ ਨਵੀਆਂ ਬੇਲਾਂ ਆਉਣਗੀਆਂ ਤਾਂ ਇਹ ਲੱਗਣਗੇ ਪਹਿਲਾਂ ਵੀ ਕਣਕ ਪਿਛਲੀ ਵਾਰ ਵੀ ਝਾੜ ਘੱਟ ਨਿਕਲਿਆ ਸੀ ਉਹ ਕਿਉਂ ਹਲੇ ਕਿਸਾਨ ਨੁਕਸਾਨ ਤੋਂ ਬਾਹਰ ਨਹੀਂ ਨਿਕਲਿਆ ਹੁਣ ਇਹ ਮਾਰ ਸਰਕਾਰ ਤੋਂ ਕੀ ਗੁਹਾਰ ਲਗਾਵੇ ਦੇਖੋ ਜੀ ਪਿਛਲੀ ਵਾਰੀ ਕਣਕ ਘੱਟ ਹੋਈ ਐ ਬਹੁਤ ਛੇਵੜ ਗ੍ਰੇਨ ਸੀ ਧਾਨ ਵੀ ਘੱਟ ਹੋਏ ਨੇ ਤਾਨਾਂ ਚ ਉਹ ਜਿਹੜੀ ਬਿਮਾਰੀ ਸੀ ਬੂਟਾ ਪੂਰਾ ਜਿਹਦੀ ਗ੍ਰੋਥ ਹੀ ਨਹੀਂ ਹੋਈ ਉਹਨੂੰ ਵੀ ਲੋਕਾਂ ਨੇ ਬਹੁਤ ਘਾਟਾ ਪਾਇਆ ਕਿਸੇ ਦੇ ਧਨ ਕਈ ਲੋਕਾਂ ਦੇ ਤਾਂ 15-15 20 ਵੀ ਕੁਆਂਟਲ ਦੇ ਨਿਕਲੇ ਨੇ ਇਸ ਤੋਂ ਵੀ ਘੱਟ ਨਿਕਲੇ ਨੇ ਜ਼ਿਮੀਂਦਾਰ ਨੂੰ ਆ ਤੀਜੀ ਫਸਲ ਹੈ ਜਿਸ ਚ ਕੁਦਰਤੀ ਮਾਰ ਪੈ ਗਈ ਦੇਖੋ ਸਰਕਾਰ ਹਰ ਜ਼ਿਮੀਂਦਾਰ ਦੀ ਮਾਂ ਹੁੰਦੀ ਹੈ ਸਰਕਾਰ ਨੂੰ ਅਸੀਂ ਅੰਨ ਪੈਦਾ ਕਰਕੇ ਦਿੰਨੇ ਆ ਇਹ ਸਰਕਾਰ ਨੂੰ ਹੁਣ ਜ਼ਿਮੀਂਦਾਰ ਦੀ ਬਾਹ ਫੜਨੀ ਚਾਹੀਦੀ ਹੈ ਤਾਂ ਹੀ ਜ਼ਿਮੀਂਦਾਰ ਕੰਮ ਆਉ ਉਹ ਦੇਖੋ ਇੱਕ ਫਸਲ ਦਾ ਮਸੀਂ ਜ਼ਿਮੀਂਦਾਰ ਝੱਲਣ ਜੋਗਾ ਹੁੰਦਾ ਉਹਦਾ ਘਾਟਾ ਜਿਨ੍ਹਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਨੇ ਉਹਨਾਂ ਦਾ ਮਾਰਜਿਨ ਹੀ 4-5000 ਰੁਪਏ ਦਾ ਜਿਹੜਾ ਝਾੜ ਘਟ ਜਾਣਾ ਉਹ 15-20000 ਦਾ ਘਟ ਜਾਣਾ ਹੈ ਉਹ ਵਿਚਾਰੇ ਤਿੰਨ ਫਸਲਾਂ ਤੋਂ ਪਿੱਛੇ ਤਿੰਨ ਸਾਲਾਂ ਤੋਂ ਪਿੱਛੇ ਨੇ ਉਹ ਕਿੱਥੋਂ ਨਾਲ ਰਲ ਜਾਣਗੇ ਜ਼ਿੰਮੇਦਾਰ ਦਾ ਜਿਹੜਾ ਹੈ ਉਹ ਬਹੁਤ ਅਰਥਦਾਸ਼ਾ ਉਹਦੀ ਖਰਾਬ ਹੋ ਚੁੱਕੀ ਹੈ ਸਰਕਾਰ ਨੂੰ ਸਾਡੀ ਤਾਂ ਇਹ ਪੁਰਜੋਰ ਅਪੀਲ ਹੈ ਵੀ ਇਹ ਗੱਲਬਾਰ ਸੋਚਣ ਧਿਆਨ ਦੇਣ ਵੀ ਇਹ ਜਿਹੜੀ ਕਣਕ ਘਟ ਗਈ ਧਾਨ ਘਟ ਗਏ ਉਦੋਂ ਪਹਿਲਾਂ ਕਣਕ ਘਟ ਗਈ ਉਹ ਜ਼ਿੰਮੇਦਾਰਾਂ ਦਾ ਜਾਂ ਤਾਂ ਜਿਹੜੇ ਏਰੀਏ 'ਚ ਇਹ ਫਸਲਾਂ ਗਿਰੀਆਂ ਨੇ ਉਹਨਾਂ ਦੀ ਲਾਇਦਾ ਗਦਾਬਰੀ ਕਰਾ ਕੇ ਜ਼ਿਮੀਦਾਰ ਨੂੰ ਥੋੜਾ ਬਹੁਤਾ ਕੋਪਨ ਸੇਟ ਜ਼ਰੂਰ ਕਰਨਾ ਚਾਹੀਦਾ